ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬ ਵਾਸੀਆਂ ਨੂੰ ਹੁਣ ਕੀ ਆ ਜੀ ਇਹ ਜਿਹੜੀ ਆਮ ਆਦਮੀ ਆਪਾਂ ਸਰਕਾਰ ਕਹਿੰਦੇ ਹਾਂ ਵੀ ਪਾਰਟੀ ਦੀ ਭਗਵੰਤ ਮਾਨ ਜਿੱਤ ਗਿਆ ਪੰਜਾਬ ਦੇ ਮਸਲੇ ਹੱਲ ਕਰੂਗਾ ਮੰਨਦੇ ਵੀ ਭਗਵੰਤ ਮਾਨ ਨੇ ਸ਼ੁਰੂ ਤੋਂ ਪੰਜਾਬ ਦੇ ਮਸਲਿਆਂ ਬਾਰੇ ਹਰ ਗੱਲ ਕੀਤੀ ਆ ਪਰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਜਿਹੜਾ ਕੇਜਰੀਵਾਲ ਲਾਲਾ ਇਹਨੇ ਪੰਜਾਬ ਦਾ ਪਾਣੀ ਬਿਜਲੀ ਸਭ ਕੁਝ ਲੁੱਟ ਕੇ ਦਿੱਲੀ ਲੈ ਜਾਣਾ ਠੱਗ ਨੇ ਕਦੇ ਕਹਿੰਦਾ 10 ਸਾਲ ਦੀਆਂ ਗੱਡੀਆਂ ਬੰਦ ਕਰੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹਨੇ ਨਹੀਂ ਕੋਈ ਸਾਈਨ ਕਰੇ ਇਹਨੇ ਸਾਰਾ ਕੁਝ ਲੁੱਟ ਕੇ ਲੈ ਜਾਣਾ ਅਸੀਂ ਤਾਂ ਭਗਵੰਤ ਮਾਨ ਨੂੰ ਵੀ ਇਹੀ ਕਹਿੰਦੇ ਹਾਂ ਵੀ ਜੇ ਤੈਨੂੰ ਇਹਨੇ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਇਹਨੇ ਜਿਹੜੇ ਤੇਰੇ MLA ਨੇ ਜਿਵੇਂ ਸਿੱਧੂ ਨੇ ਸਰਕਾਰ ਪਲਟੀ ਸੀ ਇੱਦਾਂ ਹੀ ਤੇਰੀ ਸਰਕਾਰ ਨੂੰ ਪਲਟ ਕੇ ਤੈਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਲਾ ਕੇ ਪਰਾਂ ਮਾਰਨਾ ਫਿਰ ਇਹਨੇ ਜਿਹੜਾ ਉਹ ਰਾਘਵ ਚੱਡਾ ਜੀ ਨੇ ਕੋਈ ਰਿਸ਼ਤੇਦਾਰੀ ਬਣਾਉਂਦਾ ਇਹਨੇ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਬਣਾਉਣਾ ਉਹਨੇ ਕਿਹਾ ਨਾ ਰਾਘਵ ਚੱਡੇ ਨੇ ਕਹਿੰਦਾ ਪੰਜਾਬੀਓ ਤੁਹਾਨੂੰ ਮੈਂ ਆਉਣ ਵਾਲੇ ਸਮੇਂ 'ਚ ਮੈਂ ਦੱਸੂ ਅਸੀਂ ਕੀ ਹੁੰਦੇ ਹਾਂ ਚੰਡੀਗੜ੍ਹ ਕੋਠੀਆਂ ਲੈ ਕੇ ਬਹਿ ਗਿਆ ਉਹ ਬਹੁਤ ਹੀ ਘਟੀਆ ਬੰਦਾ ਰਾਘਵ ਚੱਡਾ ਜਿਹੜਾ ਵਾ ਇਹਨੇ ਪੰਜਾਬ 'ਚ ਦੇਖਿਓ ਤੁਸੀਂ ਕਿਵੇਂ ਹੁਣ ਤਸ਼ੱਦਦ ਕਰਨਾ ਇਹ ਰਾਘਵ ਚੱਡੇ ਹੋਣਾ ਨੇ ਔਰ ਭਗਵੰਤ ਮਾਨ ਦੇ ਹੱਥੋਂ ਕੁਰਸੀ ਖੋ ਕੇ ਔਰ ਰਾਘਵ ਚੱਡੇ ਨੂੰ ਮੁੱਖ ਮੰਤਰੀ ਬਣਾਊ ਚਾਹੇ 6 ਮਹੀਨੇ ਨੂੰ ਬਣਾ ਦੇ ਚਾਹੇ 1 ਸਾਲ ਨੂੰ ਬਣਾ ਦੇ ਬਣਾਊ ਜ਼ਰੂਰ ਇਹ ਗੱਲ ਯਾਦ ਰੱਖਿਓ ਹਾਂ ਜੇ ਭਗਵੰਤ ਮਾਨ ਪੰਜਾਬ ਦਾ ਵਿਕਾਸ ਕਰੂਗਾ ਵਧੀਆ ਕਰੂਗਾ ਬੰਦੀ ਸਿੰਘਾਂ ਦੀ ਰਿਹਾਈ ਹੋਰ ਜਿਹੜੀਆਂ ਗੱਡੀਆਂ 10 ਸਾਲ ਪੁਰਾਣੀਆਂ ਕਹਿੰਦੇ ਜੀ ਬੰਦ ਕਰ ਦੇਣੀਆਂ ਫਲਾਨਾ ਕਰ ਦੇਣੀਆਂ ਔਰ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਸਕੂਲਾਂ ਦਾ ਸਾਰੀਆਂ ਚੀਜ਼ਾਂ ਦਾ ਵਿਕਾਸ ਕਰੇ ਫਿਰ ਤਾਂ ਠੀਕ ਆ ਹੈ ਨਾ ਫਿਰ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਨੂੰ ਉਹ ਕਰਨਗੇ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੇਜਰੀਵਾਲ ਜਿਹੜਾ ਇਹਨੇ ਕਿਵੇਂ ਪਹਿਲਾਂ ਜਿਹੜੇ ਦੂਜੇ ਮੁੰਡੇ ਉੱਠਣ ਲੱਗੇ ਸੀਗੇ ਸਾਡੇ HS ਫੂਲਕਾ ਵਰਗੇ ਹੋਰ ਧਰਮਵੀਰ ਗਾਂਧੀ ਵਰਗੇ ਉਹਨਾਂ ਨੂੰ ਇਹਨੇ ਉੱਠਣ ਨਹੀਂ ਦਿੱਤਾ ਇਕੱਲਾ ਹੀ ਅੱਗੇ ਬਣ ਕੇ ਆਪਦਾ ਨਾਂ ਚਮਕਾਉਣਾ ਚਾਹੁੰਦਾ ਇਸ ਲਈ ਇਹੀ ਭਗਵੰਤ ਮਾਨ ਨੂੰ ਕਹਿੰਦੇ ਵੀ ਇਹ ਨਾ ਹੋਵੇ ਆਉਣ ਵਾਲੇ ਸਮੇਂ 'ਚ ਤੈਨੂੰ ਵੀ ਲਾਂਭੇ ਕਰਕੇ ਰਾਘਵ ਚੱਡਾ ਨੂੰ ਬਣਾ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।